ਆਸਟ੍ਰੇਲੀਆ ਦੀ ਸਭ ਤੋਂ ਨਵੀਂ ਬਜਟ ਏਅਰਲਾਈਨ ਬੋਂਜਾ ਨੇ ਮੰਗਲਵਾਰ ਨੂੰ ਆਪਣੀਆਂ ਸਾਰੀਆਂ ਉਡਾਨਾਂ ਨੂੰ ਮੁਅੱਤਲ ਕਰ ਦਿੱਤਾ ਤਾਂ ਕਿ ਇਸ ਦੇ ਕਾਰੋਬਾਰੀ ਮਾਡਲ ਦੀ ਚੱਲ ਰਹੀ ਵਿਵਹਾਰਿਕਤਾ ਤੇ ਚਰਚਾ ਕੀਤੀ ਜਾ ਸਕੇ। ਇਸ ਕਦਮ ਨੇ ਹਜ਼ਾਰਾਂ ਯਾਤਰੀਆਂ ਨੂੰ ਦੇਸ਼ ਭਰ ਦੇ ਵਿੱਚ ਫਸਾ ਦਿੱਤਾ। ਬੋਂਜਾ 16 ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਲਾਂਚ ਕਰਨ ਵਾਲਾ ਪਹਿਲਾ ਕਰੀਅਰ ਹੈ। ਆਸਟ੍ਰੇਲੀਆ ਦੇ ਖਪਤਕਾਰ ਨਿਗਰਾਨ ਦੇ ਅਨੁਸਾਰ ਦੋ ਕੰਪਨੀਆਂ ਦਾ ਦਬਦਬਾ ਹਵਾਬਾਜ਼ੀ ਦੇਸ਼ ਦੇ ਸਭ ਤੋਂ ਵੱਧ ਕੇਂਦਰਿਤ ਉਦਯੋਗਾਂ ਦੇ ਵਿੱਚੋਂ ਇੱਕ ਹੈ। ਏਅਰਲਾਈਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਆਪਣੇ ਗਾਹਕਾਂ ਤੋਂ ਮਾਫ਼ੀ ਮੰਗਦੇ ਹਾਂ ਜੋ ਇਸ ਦੇ ਨਾਲ ਪ੍ਰਭਾਵਿਤ ਹੋਏ ਹਨ ਅਤੇ ਅਸੀਂ ਅੱਗੇ ਵਧਣ ਦਾ ਤਰੀਕਾ ਨਿਰਧਾਰਤ ਕਰਨ ਲਈ ਜਲਦੀ ਹੀ ਕੰਮ ਕਰ ਰਹੇ ਹਾਂ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਆਸਟ੍ਰੇਲੀਆ ਐਵੀਏਸ਼ਨ ਮਾਰਕੀਟ ਵਿੱਚ ਲਗਾਤਾਰ ਮੁਕਾਬਲਾ ਚੱਲ ਰਿਹਾ ਹੈ। ਇਸ ਅਸੁਵਿਧਾ ਦੇ ਚਲਦਿਆਂ ਕੰਟਾਸ ਗਰੁੱਪ ਅਤੇ ਵਰਜਨ ਆਸਟ੍ਰੇਲੀਆ ਜੋ ਕਿ ਇਸ ਦੇ ਏਅਰਪੋਰਟ ਅਥਾਰਟੀ ਦੇ ਅਨੁਸਾਰ ਦੇਸ਼ ਦੇ ਘਰੇਲੂ ਐਵੀਏਸ਼ਨ ਮਾਰਕੀਟ ਦਾ 95% ਹਿੱਸਾ ਹੈ, ਦੋਵਾਂ ਨੇ ਅੱਧ ਸਫ਼ਰ ਵਿੱਚ ਫਸੇ ਕਿਸੇ ਵੀ ਵਿਅਕਤੀ ਨੂੰ ਅੱਗੇ ਵਧਣ ਅਤੇ ਸਹਾਇਤਾ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਬਿਊਰੋ ਰਿਪੋਰਟ, ਐਨਜਡ, ਪੰਜਾਬੀ ਨਿਊਜ਼।